जय माता सरस्वती जी आज दी वीडियो ਵਿੱਚ ਮੈਂ ਤੁਹਾਨੂੰ ਮਾਤਾ ਸਰਸਵਤੀ ਦੀ ਕਹਾਣੀ ਸੁਣਾਵਾਂਗੀ ਜੇ ਮੇਰੀ ਕਹਾਣੀ ਤੁਹਾਨੂੰ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਇਹ ਤਿਹਾਰ ਮਾਗ ਮਹੀਨੇ ਦੀ ਪੰਜਵੀਂ ਤਿਥੀ ਨੂੰ ਮਨਾਇਆ ਜਾਂਦਾ ਹੈ ਜੋ 16 ਫਰਵਰੀ ਨੂੰ ਹੈ ਇਸ ਦਿਨ ਮਾਤਾ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਇਹ ਕਹਾਣੀ ਸਾਤਜਗ ਦੇ ਟਾਈਮ ਦੀ ਹੈ ਜੋ ਸਾਨੂੰ ਸਾਡੇ ਬਜ਼ੁਰਗ ਸੁਣਾਇਆ ਕਰਦੇ ਸਨ ਬਸੰਤ ਪੰਜਵੇਂ ਵਾਲੇ ਬਸੰਤ ਪੰਜਵੀਂ ਵਾਲੇ ਦਿਨ ਮਾਤਾ ਸਰਸਵਤੀ ਦਾ ਜਨਮ ਹੋਇਆ ਸੀ ਮਾਤਾ ਸਰਸਵਤੀ ਵਿਦਿਆਦੀ ਦੇਵੀ ਦੇ ਨਾਲ-ਨਾਲ ਸੰਗੀਤ ਕਲਾ ਦੀ ਦੇਵੀ ਦਾ ਨਾਮ ਮਾਤਾ ਸਰਸਵਤੀ ਹੈ ਇਸ ਦਿਨ ਮਾਤਾ ਸਰਸਵਤੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ ਸਰਸਵਤੀ ਦੇਵੀ ਦੇ ਨਾਮ ਦਾ ਅਰਥ ਹੈ ਗਿਆਨ ਔਰ ਵਿਦਿਆ ਦੀ ਦੇਵੀ ਦੇਵੀ ਸਰਸਵਤੀ ਦੇ ਚਾਰ ਹੱਥ ਸਫੈਦ ਸਾੜੀ ਸਫੈਦ ਕਮਲ ਤੇ ਬੈਠੀ ਹੱਥ ਵਿੱਚ ਮੀਨਾ ਜੋ ਸੰਗੀਤ ਕਲਾ ਦੀ ਨਿਸ਼ਾਨੀ ਹੈ ਬ੍ਰਹਿਮੰਡ ਵੰਡ ਤੋਂ ਪਹਿਲਾਂ ਜਦੋਂ ਬ੍ਰਹਮਾ ਜੀ ਨੇ ਚਾਰੇ ਪਾਸੇ ਦੇਖਿਆ ਤੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇੱਥੇ ਸਭ ਕੁਝ ਹੈ ਪਰੰਤੂ ਫਿਰ ਵੀ ਮੈਨੂੰ ਕੁਝ ਕਮੀ ਲੱਗਦੀ ਹੈ ਨਾ ਹੀ ਕੋਈ ਸਵਰ ਹੈ ਤੇ ਨਾ ਹੀ ਕਿਸੇ ਦੀ ਬਾਤ ਸੁਣਾਈ ਦਿੰਦੀ ਹੈ ਜਸ ਦੇ ਕਾਰਨ ਚਾਰੇ ਪਾਸੇ ਸੁੰਨ ਮਸਾਨ ਹੈ ਤੇ ਕੋਈ ਵੀ ਗਿਆਨ ਨਹੀਂ ਹੈ ਫਿਰ ਬ੍ਰਹਮਾ ਨੇ ਸੋਚਿਆ ਕਿ ਇਸ ਵਿਸ਼ਾਲ ਗਿਆਨ ਦਾ ਸਹੀ ਰੂਪ ਦੇਣ ਦੇ ਲਈ ਬ੍ਰਹਮਾ ਨੇ ਗਿਆਨ ਅਵਤਾਰ ਬਣਾਉਣ ਦਾ ਫੈਸਲਾ ਕੀਤਾ ਫਿਰ ਬਸੰਤ ਪੰਚਮੀਨ ਵਾਲੇ ਦਿਨ ਉਸ ਨੇ ਉਸ ਨੇ ਮੁੱਖ ਗਿਆਨ ਔਰ ਬੁੱਧੀਮਾਨ ਦੇਵੀ ਸਰਸਵਤ ਦੇ ਮੁਖ ਵਿੱਚੋਂ ਉਸ ਦੇ ਬ੍ਰਹਮਾ ਜੀ ਦੇ ਮੁਖ ਵਿੱਚੋਂ ਬੁੱਧੀ ਗਿਆਨ ਔਰ ਦੇਵੀ ਸਰਸਵਤੀ ਪੈਦਾ ਹੋਈ ਸਭ ਤੋਂ ਪਹਿਲਾਂ ਬ੍ਰਹਿਮੰਡ ਨੇ ਉਸ ਦੀ ਬਾਤ ਸੁਣੀ ਜੋ ਇੱਕ ਇੱਕ ਦਿਵਿਆ ਨਾਰੀ ਦੇ ਰੂਪ ਵਿੱਚ ਬਦਲ ਗਈ ਇਹ ਸਰਤ ਸਰਸਵਤੀ ਇਹ ਸਰੂਪ ਇੱਕ ਚਤਰਮੁਖੀ ਸੁੰਦਰ ਨਾਰੀ ਦਾ ਸੀ ਜਿਸ ਦੇ ਇੱਕ ਹੱਥ ਵਿੱਚ ਬੀਣਾ ਦੂਸਰੇ ਹੱਥ ਵਿੱਚ ਦੂਸਰੇ ਹੱਥ ਵਿੱਚ ਮੁਦਰਾ ਇਹਨਾਂ ਦੋਨਾਂ ਹੱਥਾਂ ਵਿੱਚ ਇੱਕ ਪੋਸਤਕ ਤੇ ਇੱਕ ਮਾਲਾ ਸੀ ਬ੍ਰਹਮਾ ਜੀ ਦੇ ਮੁਖ ਮੇ ਪੈਦਾ ਹੁੰਦੇ ਹੀ ਇਸ ਦੇਵੀ ਨੇ ਬੀਣਾ ਦਾ ਜੇਕਰ ਕੀਤਾ ਬੀਣਾ ਵਜਾ ਕਰ ਸਭ ਜੀਵ ਜੰਤੂ ਜਿੰਨੇ ਵੀ ਧਰਤੀ ਤੇ ਸੀ ਉਹਨਾਂ ਨੂੰ ਬਾਣੀ ਦਾ ਬਾਣੀ ਪ੍ਰਾਪਤ ਹੋ ਗਈ ਪਾਣੀ ਦੇ ਨਾਲ ਨਾਲ ਚਰਨੇ ਚੱਲਣ ਲੱਗ ਪਏ ਠੰਡੀ ਠੰਡੀ ਹਵਾ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਫਿਰ ਚਾਰੇ ਪਾਸੇ ਮਾਤਾ ਸਰਸਵਤੀ ਦਾ ਗੁਣਗਾਨ ਹੋਣ ਲੱਗਾ ਮਾਤਾ ਸਰਸਵਤੀ ਨੇ ਬ੍ਰਹਮਾ ਨੇ ਸਮਝਾਉਣ ਸੋਚਣੇ ਗਿਆਨ ਦੀ ਸ਼ਮਤਾ ਹਾਸਲ ਕੀਤੀ ਗਿਆਨ ਦੀ ਰੋਸ਼ਨੀ ਦੇ ਨਾਲ-ਨਾਲ ਕੁਦਰਤ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਬ੍ਰਹਿਮੰਡ ਨੂੰ ਊਰਜਾ ਮਿਲੀ ਮੌਸਮ ਬਦਲ ਗਿਆ ਧਰਤੀ ਤੇ ਫੁੱਲ ਪੌਦੇ ਖਣਨੇ ਸ਼ੁਰੂ ਹੋ ਗਏ ਧਰਤੀ ਦਾ ਜੀਵਨ ਆਰੰਭ ਹੋਇਆ ਤੇ ਜੀਵਨ ਨੂੰ ਨਵਾਂ ਰਸਤਾ ਮਿਲਿਆ ਇਸ ਤਰ੍ਹਾਂ ਭਗਵਾਨ ਬ੍ਰਹਮਾ ਦੇਵੀ ਸਰਸਵਤੀ ਦੇ ਨਾਲ ਦੁਨੀਆ ਦੇ ਨਿਰਮਾਤਾ ਬਣ ਗਏ ਮਾਤਾ ਸਰਸਵਤੀ ਕੋਈ ਗਹਿਣਾ ਨਹੀਂ ਪਹਿਨਦੀ ਇੱਕ ਸਫੇਦ ਸਾੜੀ ਹੈ ਉਸ ਦੀ ਪਵਿੱਤਰ ਦਾਦਾ ਪਰਦੀਕ ਹੈ ਚਾਰੋਂ ਵੇਦ ਵਿੱਚ ਉਨਕੀ ਯਾਰੋ ਵੇਦ ਉਹਨਾਂ ਮਾਤਾ ਸਰਸਵਤੀ ਦੀ ਸੰਤਾਨ ਹੈ ਬੀਨਾ ਕਲਾ ਕਲਾ ਔਰ ਗਿਆਨ ਦੀ ਪ੍ਰਤੀਕ ਠੀਕ ਹੈ ਕੋਈ ਵੀ ਨਵਾਂ ਕੰਮ ਇਸ ਦਿਨ ਸਭ ਮੰਨਿਆ ਜਾਂਦਾ ਹੈ ਘਰ ਵਿੱਚ ਛੋਟੇ ਬੱਚੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਸ਼ੁਰੂ ਕਰਨੀ ਹੈ ਇਹ 16 ਫਰਵਰੀ ਦਾ ਦਿਨ ਸਭ ਮੰਨਿਆ ਜਾਂਦਾ ਹੈ ਮਾਤਾ ਸਰਸਵਤੀ ਦੀ ਕਿਰਪਾ ਨਾਲ ਉਹ ਬੱਚੇ ਪੜ੍ਹਨ ਵਿੱਚ ਬਹੁਤ ਤੇਜ਼ ਹੁੰਦੇ ਹਨ ਮਾਤਾ ਸਰਸਵਤੀ ਦੀ ਕਿਰਪਾ ਸਦਾ ਵਾਸਤੇ ਬਣੀ ਰਹਿੰਦੀ ਹੈ ਜਿਸ ਬੱਚੇ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਉਸ ਦਿਨ ਬੱਚੇ ਦੀ ਮਾਤਾ 11 ਮੌਸਮੀ ਫਲ ਗਰੀਬ ਨੂੰ দান ਕਰੇ 5 ਮੌਸਮੀ ਫਲ ਕਿਸੇ ਮੰਦਰ ਵਿੱਚ ਚੜਾਵੇ ਨਾਲ ਦਕਸ਼ਨਾ ਦੇਵੇ ਤੇ 8 ਵਾਰ ਓਮ ਸਰਸਵਤੀ ਦੇਵਾਇ ਨਮਾ ਓਮ ਸਰਸਵਤੀ ਦੇਵਾਇ ਨਮਾ ਦਾ ਜਾਪ ਕਰੇ ਤੇ ਬੱਚੇ ਕੋਲੋਂ ਵੀ ਕਰਾਵੇ ਜਿਸ ਨਾਲ ਬੱਚੇ ਦੀ ਪੜ੍ਹਾਈ ਵਿੱਚ ਬਹੁਤ ਹੀ ਵਾਧਾ ਤੇ ਤਰੱਕੀ ਹੁੰਦੀ ਹੈ ਜੋ ਵੀ ਆਪਣੀ ਸਰਦਾ ਹੈ ਉਹ ਜ਼ਰੂਰ ਦਕਸ਼ਨਾ ਦੇਣੀ ਚਾਹੀਦੀ ਹੈ ਸੋ ਇਹ ਸੀ ਮੇਰੀ ਮਾਤਾ ਸਰਸਵਤੀ ਦੀ ਕਥਾ ਮੇਰੇ ਵੱਲੋਂ ਬਸੰਤ ਪੰਚਮੀ ਦੀ ਹਾਰਦਿਕ ਸ਼ੁਭਕਾਮਨਾئیں ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਜੈ ਮਾਤਾ ਸਰਸਵਤੀ